ਦੋਸਤੋ ਅੱਜ ਆਪਾਂ ਗੱਲ ਕਰਾਂਗੇ ਅਟੇਰਨ ਬਾਰੇ ਪਹਿਲੇ ਸਮਿਆਂ ਵਿੱਚ ਸਾਰੇ ਕੱਪੜੇ ਹੀ ਖੱਦਰ ਦੇ ਪਹਿਨੇ ਜਾਂਦੇ ਸਨ ਖੱਦਰ ਕਪਾਹ ਤੋਂ ਤਿਆਰ ਕੀਤਾ ਜਾਂਦਾ ਸੀ ਕਪਾਹ ਨੂੰ ਬੇਦਣੇ ਨਾਲ ਬੇਲ ਕੇ ਰੂੰ ਅੱਡ ਤੇ ਬਿੜੇਵੇਂ ਅੱਡ ਕੀਤੇ ਜਾਂਦੇ ਸਨ ਰੂੰ ਨੂੰ ਤਾੜੇ ਨਾਲ ਪੁੰਜਾ ਕੇ ਪੂਣੀਆਂ ਪੱਟੀਆਂ ਜਾਂਦੀਆਂ ਸਨ ਪੂਣੀਆਂ ਨੂੰ ਚਰਖੇ ਤੇ ਕੱਤ ਕੇ ਗਲੋਟੇ ਬਣਾਏ ਜਾਂਦੇ ਸਨ ਗਲੋਟਿਆਂ ਦੇ ਧਾਗੇ ਨੂੰ ਲੱਕੜੀ ਦੇ ਬਣੇ ਅਟੇਰਨ ਤੇ ਅਟੇਰ ਕੇ ਆਟੀ ਬਣਾਈ ਜਾਂਦੀ ਸੀ ਗਲੋਟੇ ਅਟੇਰਨ ਦਾ ਕੰਮ ਆਮ ਤੌਰ ਤੇ ਬੜੀ ਉਮਰ ਦੀਆਂ ਜਨਾਨੀਆਂ ਮਾਵਾਂ ਸੱਸਾਂ ਕਰਦੀਆਂ ਸਨ ਜਦ ਹੱਟੀਆਂ ਬਣ ਜਾਂਦੀਆਂ ਸਨ ਤਾਂ ਅੱਟੀਆਂ ਤੋਂ ਹੀ ਖੱਦਰ ਦਾ ਜਿਹੜਾ ਕੱਪੜਾ ਜਿਵੇਂ ਕੇਸ ਦੁਪੱਟਾ ਚਤਹੀ ਚਾਦਰਾਂ ਯਾਦਾਂ ਆਦ ਬਣਾ ਬਣਾਉਣੀਆਂ ਹੁੰਦੀਆਂ ਸਨ ਉਸ ਦਾ ਤਾਣਾ ਤਿਆਰ ਕੀਤਾ ਜਾਂਦਾ ਸੀ ਪਹਿਲੇ ਸਮਿਆਂ ਵਿੱਚ ਸਾਰਾ ਕੰਮ ਹੱਥੀਂ ਕੀਤਾ ਜਾਂਦਾ ਸੀ ਦੁੱਧ ਘਿਓ ਆਮ ਹੁੰਦਾ ਸੀ ਪੁਰਸ਼ਾਂ ਤੇ ਔਰਤਾਂ ਦੀਆਂ ਚੰਗੀਆਂ ਸਿਹਤਾਂ ਹੁੰਦੀਆਂ ਸਨ ਇਸ ਲਈ ਸਾਰਾ ਸਾਰਾ ਦਿਨ ਹੀ ਕੰਮ ਕਰਦੇ ਰਹਿੰਦੇ ਸਨ ਥਕਾਨ ਉਹਨਾਂ ਦੇ ਨੇੜੇ ਨਹੀਂ ਆਉਂਦੀ ਸੀ ਪਰ ਅੱਜ ਕੱਲ੍ਹ ਦੀਆਂ ਕੁੜੀਆਂ ਦੀਆਂ ਕਾਗਜੀ ਸਿਹਤਾਂ ਚੱਟ ਤੱਕ ਜਾਂਦੀਆਂ ਹਨ ਅਟੇਰਨ ਨਾਲ ਸੰਬੰਧੀ ਕਈ ਅਖਾਣ ਵੀ ਮਿਲਦੇ ਹਨ ਜਿਹੜਾ ਸਰੀਰ ਪੱਖੋਂ ਬਹੁਤ ਮਾੜਾ ਹੋ ਜਾ ਮਾੜਾ ਹੋ ਜਾਵੇ ਹੱਡੀਆਂ ਨਿਕਲ ਆਉਣ ਉਸ ਨੂੰ ਅਟੇਰਨ ਹੋ ਹੋ ਜਾਣਾ ਕਿਹਾ ਜਾਂਦਾ ਹੈ ਅਟੇਰਨ ਬਣਾਉਣ ਲਈ 8 ਇੰਚ ਲੰਬੀ ਅੱਧੇ ਕੋ ਇੰਚ ਗੋੜ ਜਿਹੀ ਪੱਟੀ ਲਈ ਜਾਂਦੀ ਹੈ ਇਸ ਪੱਟੀ ਨੂੰ ਹੱਥਾ ਕਹਿੰਦੇ ਹਨ ਹੱਥੇ ਦੇ ਦੋ ਮਾ ਕਿਨਾਰਿਆਂ ਤੇ 7 8 ਕੁ ਇੰਚ ਲੰਬੀਆਂ ਤੇ ਅੱਧੀ ਕੁ ਇੰਚ ਗੋਲ ਜਿਹੀਆਂ ਪੱਟੀਆਂ ਵਿਚਕਾਰ ਤੋਂ ਲਾਈਆਂ ਜਾਂਦੀਆਂ ਹਨ ਇਹ ਪੱਟੀਆਂ ਥੋੜੀਆਂ ਜਿਹੀਆਂ ਬਾਹਰ ਨੂੰ ਤੇ ਅੰਦਰ ਨੂੰ ਕਰਵਦਾਰ ਹੁੰਦੀਆਂ ਹਨ ਉੱਪਰਲੀ ਹੱਟੀ ਦੇ ਸਿਰਿਆਂ ਤੇ ਦੋ ਕੰਨ ਜਿਹਾ ਖੜੇ ਹੁੰਦੇ ਹਨ ਜਿਹੜੇ ਸੂਤ ਨੂੰ ਇੱਧਰ ਉੱਧਰ ਨਹੀਂ ਜਾਣ ਦਿੰਦੇ ਬਸ ਇਹੀ ਅਟਰਨ ਹੈ ਹੁਣ ਲੋਕੀ ਫੱਦਰ ਦੇ ਕੱਪੜੇ ਬਹੁਤ ਹੀ ਘੱਟ ਪਾਉਂਦੇ ਹਨ ਇਸ ਲਈ ਨਾ ਹੀ ਬਹੁਤਾ ਸੂਤ ਕੱਤੇ ਜਾਂਦਾ ਹੈ ਅਤੇ ਨਾ ਹੀ ਟੇਰ ਨਾਲ ਕਟੇ ਰਹਿ ਜਾਂਦਾ ਹੈ ਧੰਨਵਾਦ